ਜਿਵੇਂ ਮੈਂ ਅੱਗੇ ਤੁਹਾਨੂੰ ਕਿਹਾ ਕਿ ਸਤੰਬਰ 1984 ਵਿੱਚ ਵੀ ਸਮਾਨ ਵਾਪਸ ਹੋਇਆ, ਚੰਦਰ ਸ਼ੇਖਰ ਪ੍ਰਾਈਮ ਮਿਨਿਸਟਰ ਸਾਹਿਬ ਸਨ, ਉਹਨਾਂ ਵੀ ਸਮਾਨ ਵਾਪਸ ਕਰਵਾਇਆ, ਡਾਕਟਰ ਮਨਮੋਹਨ ਸਿੰਘ ਨੇ ਵੀ ਸਮਾਨ ਜਿਹੜਾ ਸੀ ਕਹਿ ਕੇ ਇਹਨਾਂ ਨੂੰ ਕਰਵਾਇਆ। ਪਰ ਪਿਛਲੇ ਦਿਨਾਂ ਦੇ ਵਿੱਚ ਬਾਦਲ ਦਲ ਨੇ ਇਹਦੇ ਕਾਬਜ਼ ਹੁੰਦਿਆਂ ਵੀ ਇਹਦੇ ਬਾਰੇ ਸੰਗਤ ਨੂੰ ਕੁਝ ਨਹੀਂ ਦੱਸਿਆ ਵੀ ਕਿਹੜਾ ਸਮਾਨ ਆਇਆ ਅਤੇ ਕਿਹੜਾ ਰਹਿ ਗਿਆ, ਇਸ ਗੱਲ ਦੀ ਨਹੀਂ ਦੱਸੀ। ਹੁਣ ਸ਼੍ਰੋਮਣੀ ਕਮੇਟੀ ਨੇ 13 ਤਰੀਕ ਨੂੰ ਆਪਣੀ ਮੀਟਿੰਗ ਬੁਲਾਈ ਹੈ, ਅਸੀਂ ਉਸ ਮੀਟਿੰਗ ਦੇ ਵਿੱਚ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਇਹ ਮੀਟਿੰਗ ਖਾਲੀ ਸ਼੍ਰੋਮਣੀ ਕਮੇਟੀ ਅਗਰ ਇੰਪਾਰਸ਼ਲ ਇਨਕੁਆਇਰੀ ਚਾਹੁੰਦੀ ਹੈ ਤਾਂ ਖਾਲੀ ਆਪਣੇ ਬੰਦਿਆਂ ਦੀ ਨਾ ਬਣਾਵੇ। ਸਿੱਖ ਇੰਟੈਲੀਜੈਂਸੀਆ ਲੁਧਿਆਣੇ ਬੈਠਾ, ਚੰਡੀਗੜ੍ਹ ਬੈਠਾ, ਉਹ ਨਾ ਕਰਨਗੇ ਅਸੀਂ ਦੇ ਦਿਆਂਗੇ, ਉਹਨਾਂ ਦੇ ਆਧਾਰ 'ਤੇ ਉਹਨਾਂ ਨੂੰ ਵੀ ਸ਼ਾਮਿਲ ਕੀਤਾ ਜਾਵੇ ਔਰ ਇਨਕੁਆਇਰੀ ਕਰਕੇ ਲੋਕ ਸੰਗਤ ਦੇ ਸਾਹਮਣੇ ਦੱਸਿਆ ਜਾਵੇ ਵੀ ਕਿੱਥੇ ਕੀ ਹੋਇਆ, ਇਹ ਦੱਸਣਾ ਚਾਹੀਦਾ ਉਹਨਾਂ ਨੂੰ। ਦੇਖੋ ਦਸਤਾਵੇਜ਼ ਤਾਂ ਜਿਹੜੇ ਵੀ ਕਿਸੇ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਦਸਤਾਵੇਜ਼ ਪਏ ਨੇ, ਕਿਤਾਬਾਂ ਪਈਆਂ ਉਹ ਪਏ ਨੇ, ਉਹ ਸਾਰੇ ਬਹੁਤ ਹੈਗੇ ਸਨ। ਇਹ ਖਜ਼ਾਨਾ ਤਾਂ ਗੁਰੂ ਸਾਹਿਬਾਨ ਤੋਂ ਜਿਹੜਾ ਸੀ ਸ਼੍ਰੋਮਣੀ ਕਮੇਟੀ ਦੀ ਰੈਫਰੈਂਸ ਲਾਇਬ੍ਰੇਰੀ 'ਚ ਪਿਆ ਹੋਇਆ ਸੀ, ਇਹ ਤਾਂ ਹੈ ਹੀ ਸੀ। ਹੁਣ ਖਬਰ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹਰ ਲਿਖਤ ਬੀੜ ਸੀ, ਜਿਹੜੀ ਪਹਿਲੀ ਜਿੱਥੇ ਦਸਮ ਪਾਤਸ਼ਾਹ ਦਸਖਤ ਸਨ, ਉਹ ਵੀ ਗਾਇਬ ਹੈ। ਬਿਲਕੁਲ ਬਹੁਤ ਬੇਸ਼ਕੀਮਤੀ ਜਿਹੜੀਆਂ ਪੇਂਟਿੰਗ ਸਨ ਉਹ ਕੋਈ ਨਹੀਂ ਹੈਗੀਆਂ। ਇਸ ਵਾਸਤੇ ਇਹ ਕੀ ਵਾਪਸ ਕੀਤਾ ਕੀ ਨਹੀਂ ਕੀਤਾ, ਇੱਕ ਗੱਲ ਹੋਰ ਵੀ ਸਾਹਮਣੇ ਆ ਗਈ ਜਿਹੜੀ ਕੱਲ੍ਹ ਕਿਸੇ ਹਿਸਟੋਰੀਅਨ ਕੋਲੋਂ ਮੈਂ ਪੁੱਛੀ ਹੈ। ਦਵਿੰਦਰ ਸਿੰਘ ਬੇਦੀ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਕਰਤਾ ਧਰਤਾ ਸੀ ਉੱਥੇ, ਉਸਨੇ ਕਿਹਾ ਜੀ 6 ਤਰੀਕ ਰਾਤ ਨੂੰ ਮੈਂ ਇੱਥੇ ਛੱਡ ਕੇ ਗਿਆ, ਕੋਈ ਅੱਗ ਨਹੀਂ ਸੀ ਲੱਗੀ, 7 ਤਰੀਕ ਨੂੰ ਅੱਗ ਲੱਗੀ ਹੈ। ਜਦ ਮੈਨੂੰ ਆਰਮੀ ਨੇ ਬੁਲਾਇਆ ਤਾਂ ਉਹਨਾਂ ਨੇ ਕਿਹਾ ਜੀ ਦੱਸੋ ਜੀ ਕੀ ਹੈ, ਇਹਨੂੰ ਕਹਾ ਜੀ ਇਹ ਦੇਖ ਲਓ ਉੱਥੇ ਤਾਂ ਕੁਝ ਵੀ ਨਹੀਂ ਸਨ, ਸਾਰਾ ਜਿਹੜਾ ਰਿਕਾਰਡ ਰੂਮ ਸੀ ਉੱਥੇ ਸੜਿਆ ਹੋਇਆ ਸੀ, ਈਵਨ ਜਿਹੜੇ ਇੱਥੇ ਰੱਖੇ ਹੁੰਦੇ ਸੀ ਉਹ ਲੋਹੇ ਦੇ ਸਨ, ਉਹ ਵੀ ਪਿਘਲੇ ਹੋਏ ਸਨ, ਨਾਲ ਦੇ ਕਮਰਿਆਂ ਦਾ ਜਿਹੜਾ ਸਮਾਨ ਸੀ ਉਹ ਕਹਿੰਦਾ ਬਚਿਆ ਹੋਇਆ ਸੀ। ਕਹਿੰਦੇ 2 ਮਹੀਨੇ ਬਾਅਦ ਫਿਰ ਮੈਂ ਆਰਮੀ ਨੇ ਬੁਲਾਇਆ ਵੀ ਇਹ ਲੈ ਲਓ ਜੀ ਲਿਖ ਕੇ ਦਿਓ, ਉਹਨੇ ਕਿਹਾ ਰਿਸੀਵ ਦਿਸ ਵਿਦ ਐਸ਼ਿਸ। ਇਸ ਵਾਸਤੇ ਇਹ ਬੜਾ ਗੰਭੀਰ ਮਸਲਾ ਹੈਗਾ, ਪਰ ਕਿਉਂਕਿ ਰਿਕਾਰਡ ਹੈ, ਆਰਮੀ ਕੋਲ ਰਿਕਾਰਡ ਹੈ, ਗੌਰਮੈਂਟ ਆਫ ਇੰਡੀਆ ਕੋਲ ਰਿਕਾਰਡ ਹੈ ਕਿ ਉਹਨਾਂ ਨੇ ਸਮਾਨ ਵਾਪਸ ਕੀਤਾ, ਕਿਹੜਾ ਸਮਾਨ ਵਾਪਸ ਕੀਤਾ, ਕਿਹੜਾ ਸੜਿਆ, ਇਹਦੀ ਇਨਕੁਆਇਰੀ ਸ਼੍ਰੋਮਣੀ ਕਮੇਟੀ ਬਣਾ ਰਹੀ ਹੈ, ਉਹਨੂੰ ਬਣਾਉਣਾ ਚਾਹੀਦਾ। ਦੇਖੋ ਜੀ ਜੇ ਸਮਾਨ ਸ਼੍ਰੋਮਣੀ ਕਮੇਟੀ ਕੋਲ ਨਹੀਂ ਹੈ, ਇਹਦਾ ਮਤਲਬ ਖੁੱਟ ਬੁੱਟ ਹੋ ਗਿਆ, ਅਤੇ ਜੇ ਸਮਾਨ ਵਿਕਿਆ ਕੋਈ ਵੀ ਸ਼੍ਰੋਮਣੀ ਕਮੇਟੀ ਅਤੇ ਹੁਣ ਦਿੱਲੀ ਕਮੇਟੀ ਦੇ ਉਹ ਕਾਬਜ਼ ਨੇ, ਬਗੈਰ ਬਾਦਲਾਂ ਦੀ ਮਰਜ਼ੀ ਦੇ ਕੋਈ ਸਮਾਨ ਖੁਰਦ ਬੁਰਦ ਨਹੀਂ ਹੋ ਸਕਦਾ, ਕੋਈ ਵੇਚ ਨਹੀਂ ਸਕਦਾ, ਕਿਸੇ 'ਚ ਕੋਈ ਤਾਕਤ ਨਹੀਂ। ਜੇ ਇਹ ਕੰਮ ਹੋਇਆ ਉਹਦੇ ਕਸੂਰਵਾਰ ਪਿਓ ਪੁੱਤਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਇਹ ਹੈਗਾ। ਦੇਖੋ ਜੀ ਜੇ ਮੰਗ ਕੀਤੀ ਹੈ ਉਹਨਾਂ ਨੇ ਹੋਮ ਮਿਨਿਸਟਰ ਕੋਲ ਤਾਂ ਦੇਰ ਇਜ਼ ਸਮਥਿੰਗ ਫਿਸ਼ੀ, ਤਾਂ ਇਸ ਸਾਰੇ ਮਸਲੇ ਦੇ ਵਿੱਚ ਕੁਝ ਨਾ ਕੁਝ ਹੈ, ਕਿਉਂਕਿ ਇਸ ਕਰਕੇ ਸਮਾਨ ਮੰਗ ਰਹੇ ਨੇ ਕਿਉਂਕਿ ਕੱਲ੍ਹ ਸ਼ੱਕ ਦੀ ਸੂਈ ਉਹਨਾਂ ਦੇ ਨਾਂ ਪਾ ਵੀ ਅਸੀਂ ਤਾਂ ਮੰਗ ਕਰਦੇ ਨੇ ਸਮਾਨ ਦਿਓ ਸਮਾਨ ਦਿਓ, ਜੇ ਸਮਾਨ ਮਿਲਿਆ ਹੋਇਆ ਫਿਰ ਉਹਨਾਂ ਦੀ ਮੰਗ ਦੇ ਵਿੱਚ ਦਮ ਨਹੀਂ ਹੈਗਾ, ਫਿਰ ਇਹਦਾ ਮਤਲਬ ਜੋ ਤੁਸੀਂ ਕਹਿ ਰਹੇ ਹੋ ਰੱਬ ਨਾ ਕਰੇ ਉਹ ਸੱਚ ਹੋਵੇ ਤਾਂ ਬੜੀ ਗੰਭੀਰ ਗੱਲ ਹੈਗੀ, ਉਹ ਤਾਂ ਦਿੱਲੀ ਕਮੇਟੀ ਨਾਲੋਂ ਵੱਡਾ ਘੁਟਾਲਾ ਹੈਗਾ। ਫਿਰ ਤਾਂ ਦੇਖੋ ਗੱਲ ਹੈਗੀ ਜੀ, ਮੈਂ ਆਲਰੇਡੀ ਇਸ ਮਸਲੇ ਬਾਰੇ ਜਿਹੜਾ ਸਿੱਖ ਕੌਮ ਦੇ ਇੰਟੈਲੀਜੈਂਸੀ ਹੈਗੇ, ਬੁੱਧੀਜੀਵੀ ਹੈਗੇ, ਹਿਸਟੋਰੀਅਨ, ਉਹਨਾਂ ਨਾਲ ਗੱਲ ਕਰ ਬੈਠਿਆ। ਅਗਲੇ 2-3 ਦਿਨਾਂ ਦੇ ਵਿੱਚ ਜਦ ਹੋਰ ਨਿਖਰ ਕੇ ਗੱਲ ਸਾਹਮਣੇ ਆਏਗੀ, ਅਸੀਂ ਉਹਨਾਂ ਨਾਲ ਬੈਠ ਕੇ ਜਿਹਦੇ ਸਰਦਾਰ ਗੁਰਤੇਜ ਸਿੰਘ ਸ਼ਾਮਿਲ ਹੋਣਗੇ, ਗੁਰਦਰਸ਼ਨ ਸਿੰਘ ਢਿੱਲੋਂ ਸ਼ਾਮਿਲ ਹੋਣਗੇ, ਉਹ ਗੱਲ ਨਹੀਂ ਕਰ ਰਹੇ, ਉਹ ਵਹੀ ਗੱਲ ਕਰ ਰਹੇ ਨਾ, ਅਸੀਂ ਫਿਰ ਉਸ ਤੋਂ ਬਾਅਦ ਉਹ ਜੋ ਦੱਸਣਗੇ ਅਸੀਂ ਫਿਰ ਮੁਕੱਦਮਾ ਪਾਵਾਂਗੇ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਬੋਲ